ਲੋ ਵੀ ਮਿੱਠੇ ਖਾਓ ਅੰਬ ਤੇ ਪਰੇ ਕਰ ਦਿਓ ਦਾਗੀ ਹੁਣ ਫਿਰ ਲੱਗ ਗਿਆ ਜੇ ਪੰਜਾਬੀ ਦੇਖੋ ਜੀ ਕਿੱਥੇ ਵੀਨਾ ਮਲਕ ਕਿੱਥੇ ਮੈਂ ਮੁਹੰਮਦ ਆਸਫ ਗੁਸਤਾਖ ਅਖੀਆਂ ਕਿੱਥੇ ਜਾ ਲੜੀਆਂ ਇਹ ਸਾਡਾ ਸਕੈਂਡਲ ਪਤਾ ਨਹੀਂ ਕਿੰਨੇ ਮਸ਼ਹੂਰ ਕਰ ਦਿੱਤਾ ਉਹਦੀ ਅੱਲਾ ਜ਼ਿੰਦਗੀ ਕਰੇ ਹੋਇਆ ਇਸ ਤਰ੍ਹਾਂ ਕਿ ਮੈਂ ਤੇ ਵੀਨਾ ਮਲਕ ਇਤਫਾਕ ਨਾਲ ਇਕੱਠੇ ਇੱਕੋ ਪਾਰਟੀ 'ਚ ਗਏ ਸਾਂ ਉਹ ਮੇਰੇ ਲਾਗੇ ਖਲੋਤੀ ਸੀ ਉਹਦਾ ਠੋਡਾ ਲੱਗਾ ਤੇ ਉਹ ਮੇਰੇ ਤੇ ਡਿੱਗ ਪਈ ਉੱਥੇ ਹੀ ਕਿਸੇ ਅਖਬਾਰ ਵਾਲੇ ਨੇ ਤਸਵੀਰ ਖਿੱਚ ਲਈ ਮੈਂ ਜਦੋਂ ਤਸਵੀਰ ਵੇਖੀ ਮੈਨੂੰ ਵੀ ਉਦੋਂ ਹੀ ਪਤਾ ਲੱਗਾ ਵੀ ਉਹ ਇਹ ਤੇ ਮੇਰੇ ਨਾਲ ਭੂੰਡੀ ਕਰਦੀ ਪਈ ਸੀ ਮੇਰੀ ਖੂਬਸੂਰਤੀ ਨੇ ਉਹਨੂੰ ਪਾਗਲ ਕਰਤਾ ਮੇਰਾ ਕਸੂਰ ਤੇ ਨਹੀਂ ਨਾ ਕਿਉਂ ਨਹੀਂ ਮੈਂ ਜਵਾਬ ਦੇਵਾਂਗੀ ਮੈਂ ਕਿਹੜਾ ਗੂੰਗੀ ਆ ਜੇ ਮੈਂ ਭੁੰਡੀ ਕਰਨੀ ਹੁੰਦੀ ਤੇ ਮੇਰੇ ਵਾਸਤੇ ਇਹ ਅੰਤਰਾ ਟੁੱਟੇ ਫੱਟੇ ਦੇ ਮੂੰਹ ਵਾਲਾ ਹੀ ਰਹਿ ਗਿਆ ਸੀਗਾ ਹੋਰ ਮੁੰਡੇ ਮਰ ਗਏ ਸੀਗੇ ਇਹ ਜਿਹੜੀ ਤੁਸੀਂ ਤਸਵੀਰ ਵੇਖੀ ਆ ਨਾ ਇਹ ਮੇਰੇ ਅੱਗੇ ਮੇਰੀ ਅੰਮੀ ਬੈਠੀ ਸੀਗੀ ਤੇ ਮੈਂ ਆਪਣੀ ਅੰਮੀ ਨਾਲ ਜੱਫੀ ਪਾਈ ਹੋਈ ਸੀਗੀ ਕਿਸੇ ਨੇ ਕੰਪਿਊਟਰ ਸ਼ੰਪਿਊਟਰ ਨਾਲ ਮੇਰੀ ਅੰਮੀ ਦੀ ਧੌਣ ਲਾ ਕੇ ਤੇ ਉੱਥੇ ਇਹਦੀ ਧੌਣ ਲਾ ਦਿੱਤੀ ਤੇ ਮੇਰੀ ਅੰਮੀ ਦੀ ਧੌਣ ਪਤਾ ਨੀ ਕਿੱਥੇ ਸੁੱਟ ਦਿੱਤੀ